ਗੁਰਮੀਤ ਸਿੰਘ ਆ ਜੀ। ਕਿਹੜਾ ਪਿੰਡ ਆ? ਜੱਟੋ ਮਾਜਰਾ। ਕਿੰਨੇ ਦਿਨ ਹੋ ਗਏ ਜੀਰੀ ਲੈ ਕੇ ਬੈਠੇ ਨੇ ਉੱਥੇ ਸਰ? 8 ਦਿਨ ਹੋ ਗਏ ਜੀ। ਬੜੇ ਪਰੇਸ਼ਾਨ ਆ ਜੀ, ਜਿਹੜੀ ਆ ਇਹ ਸਰਕਾਰ ਆ ਇਹਦੇ ਤਾਂ ਮਤਲਬ ਜ਼ਿਮੀਂਦਾਰਾਂ ਨੂੰ ਹੈਰਾਨਗੀ ਕਰਦੀ ਆ। ਜਿਹੜੀਆਂ ਪਹਿਲੀਆਂ ਸਰਕਾਰਾਂ ਦੀਆਂ ਉਹ ਮਤਲਬ ਟੱਗੀਆਂ ਦੀਆਂ ਜੀਰੀ ਨਾਲ ਦੀ ਨਾਲ ਵਿਕੀ ਜਾਂਦੀ ਸੀ ਜੀ ਫਸਲ, ਹਰੇਕ ਫਸਲ। ਸਰ ਬਾਕੀ ਹੁਣ ਦਵਾਈ ਦਵਾਈ ਦਾ ਤਿਉਹਾਰ ਆ ਗਿਆ ਜੀ, ਮੈਨੂੰ ਲੱਗਦਾ ਤਿਉਹਾਰ ਹੈ, ਦਵਾਈ ਦਾ ਇੱਥੇ ਬਣਾਉਣਾ ਪੈਣਾ। ਅਤੇ ਮੈਂ ਗਰੰਟੀ ਕਰਦਾ ਵੀ ਸਾਡੀ ਜ਼ਿਮੀਂਦਾਰਾਂ ਦੀ ਫਸਲ ਟਾਈਮ ਨਾਲ ਚੱਕੀ ਜਾਵੇ। ਕਿਹੜੀ ਬੀਜੀ ਸੀ ਜੀ ਦੀ ਸਰ? 126 ਆ ਗਈ, 126। ਹਾਂ, ਸਰਕਾਰ ਦੇ ਹੁਕਮ ਅਨੁਸਾਰ ਬੀਜੀ ਸੀ ਜੀ? ਹਾਂਜੀ ਹਾਂਜੀ, ਲੁਧਿਆਣਾ ਯੂਨੀਵਰਸਿਟੀ ਨੇ ਪਾਸ ਕਰਿਆ ਹੋਇਆ ਬੀਜ ਹੈ। ਅਤੇ ਫਿਰ ਸਰਕਾਰ 8 ਦਿਨ ਹੋ ਗਏ, ਫਿਰ ਰੋਟੀ ਪਾਣੀ ਦਾ ਖਰਚਾ, ਰੋਟੀ ਪਾਣੀ ਕਿੱਦਾਂ ਚੱਲ ਰਿਹਾ? ਘਰ ਤੋਂ ਆਉਂਦੇ ਆ ਜੀ ਲੈ ਕੇ, ਫਿਰ ਆਹੀ ਪੈ ਜੀਦਾ, ਹੋਰ ਆਰਡਰ ਉੱਪਰ ਖਾਣੀ ਪੈਂਦੀ ਹੈ ਜੀ। ਜੇ ਰਾਤ ਨੂੰ ਫਿਰ ਜੀਰੀ ਰਾਖੀ ਪੈਂਦੇ, ਕੋਈ ਚੋਰੀ ਵਗੈਰਾ ਵੀ ਹੋ ਜਾਂਦੀ ਹੈ ਜੀਰੀ? ਹਾਂਜੀ ਹਾਂਜੀ, ਆ ਜਾਂਦੀ ਹੈ ਜੀ ਰਾਤ ਨੂੰ, ਗਾਇਆ ਡੰਗਰ ਪੈਂਦੇ ਆ ਜੀ, ਫਿਰ ਤੜਕੇ 'ਤੇ ਉਹ ਆ ਜਾਂਦੀਆਂ ਪੰਦਰੇ ਦਾ ਉਹ ਚੱਕਣ। ਕਿੰਨੇ ਸਾਲ ਹੋ ਗਏ ਤੁਹਾਨੂੰ ਖੇਤੀਬਾੜੀ ਦਾ ਕਾਰੋਬਾਰ ਕਰਦੇ ਆ? ਮੇਰੀ ਸਾਰੀ ਉਮਰ ਹੋ ਗਈ ਜੀ। ਕਦੀ ਐਸੀ ਸਥਿਤੀ ਆਈ ਜੈਸੀ ਇਸ ਵਾਰੀ ਆਈ ਆ? ਐਤਕੀ ਬਹੁਤ ਚੰਗੀ ਆਈ ਆ ਜੀ ਐਤਕੀ। ਜੀਰੀ ਦੀ ਪੇਮੈਂਟ ਵਗੈਰਾ? ਪੇਮੈਂਟ ਤਾਂ ਤਕਰੀਬਨ ਪਹਿਲਾਂ ਵੀ ਆਈ ਜਾਂਦੀ ਸੀ, ਹੁਣ ਵੀ ਪੇਮੈਂਟ ਤਾਂ ਜੀ ਜੀਰੀ ਲੈ ਕੇ ਆ ਰਹੇ ਹੋ? ਜਗ੍ਹਾ ਤਾਂ ਸਿੱਟਣੇ ਨੂੰ ਹੈ ਨਹੀਂ, ਅਤੇ ਜੀਰੀ ਇਹ ਬੋਰੀਆਂ ਦੇ ਅੰਬਾਰ ਲੱਗੇ ਪਏ ਹੈ। ਹਾਂਜੀ, ਇਹ ਵੀ ਢਾਂਗਾ ਲੱਗੇ ਪਿਆ ਜੀ, ਜਗ੍ਹਾ ਢੇਰੀ ਕਰਨ ਨੂੰ ਹੈ ਨਹੀਂ ਜੀ ਕਿਤੇ ਵੀ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ? ਮੈਂ ਅਪੀਲ ਕਰਦਾ ਵੀ ਜ਼ਿਮੀਂਦਾਰਾਂ ਨੂੰ ਇੰਨਾ ਹੈਰਾਨ ਨਾ ਕਰੋ ਵੀ ਫਸਲ ਟਾਈਮ ਨਾਲ ਚੱਕੀ ਜਾਵੇ, ਅੱਗੇ ਤਿਉਹਾਰਾਂ ਦੇ ਦਿਨ ਆ ਜੀ, ਅਤੇ ਦਿਵਾਲੀ ਨੇੜੇ ਆ ਗਈ ਜੀ, ਮੈਨੂੰ ਲੱਗਦਾ ਦਿਵਾਲੀ ਇੱਥੇ ਮਨਾਉਣੀ ਪੈਣੀ ਆ ਜੀ। ਗੁਰਮੀਤ ਸਿੰਘ ਆ ਜੀ। ਕਿਹੜਾ ਪਿੰਡ ਆ? ਜੱਟੋ ਮਾਜਰਾ। ਕਿੰਨੇ ਦਿਨ ਹੋ ਗਏ ਜੀਰੀ ਲੈ ਕੇ ਬੈਠੇ ਨੇ ਉੱਥੇ ਸਰ? 8 ਦਿਨ ਹੋ ਗਏ ਜੀ। ਬੜੇ ਪਰੇਸ਼ਾਨ ਆ ਜੀ, ਜਿਹੜੀ ਆ ਇਹ ਸਰਕਾਰ ਆ ਇਹਦੇ ਤਾਂ ਮਤਲਬ ਜ਼ਿਮੀਂਦਾਰਾਂ ਨੂੰ ਹੈਰਾਨਗੀ ਕਰਦੀ ਆ। ਜਿਹੜੀਆਂ ਪਹਿਲੀਆਂ ਸਰਕਾਰਾਂ ਦੀਆਂ ਉਹ ਮਤਲਬ ਟੱਗੀਆਂ ਦੀਆਂ ਜੀਰੀ ਨਾਲ ਦੀ ਨਾਲ ਵਿਕੀ ਜਾਂਦੀ ਸੀ ਜੀ ਫਸਲ, ਹਰੇਕ ਫਸਲ। ਸਰ ਬਾਕੀ ਹੁਣ ਦਵਾਈ ਦਾ ਤਿਉਹਾਰ ਆ ਗਿਆ ਜੀ, ਮੈਨੂੰ ਲੱਗਦਾ ਤਿਉਹਾਰ ਹੈ, ਦਵਾਈ ਦਾ ਇੱਥੇ ਬਣਾਉਣਾ ਪੈਣਾ। ਅਤੇ ਮੈਂ ਗਰੰਟੀ ਕਰਦਾ ਵੀ ਸਾਡੀ ਜ਼ਿਮੀਂਦਾਰਾਂ ਦੀ ਫਸਲ ਟਾਈਮ ਨਾਲ ਚੱਕੀ ਜਾਵੇ। ਕਿਹੜੀ ਬੀਜੀ ਸੀ ਜੀ ਦੀ ਸਰ? 126 ਆ ਗਈ, 126। ਹਾਂ, ਸਰਕਾਰ ਦੇ ਹੁਕਮ ਅਨੁਸਾਰ ਬੀਜੀ ਸੀ ਜੀ? ਹਾਂਜੀ ਹਾਂਜੀ, ਲੁਧਿਆਣਾ ਯੂਨੀਵਰਸਿਟੀ ਨੇ ਪਾਸ ਕਰਿਆ ਹੋਇਆ ਬੀਜ ਹੈ। ਅਤੇ ਫਿਰ ਸਰਕਾਰ 8 ਦਿਨ ਹੋ ਗਏ, ਫਿਰ ਰੋਟੀ ਪਾਣੀ ਦਾ ਖਰਚਾ, ਰੋਟੀ ਪਾਣੀ ਕਿੱਦਾਂ ਚੱਲ ਰਿਹਾ? ਘਰ ਤੋਂ ਆਉਂਦੇ ਆ ਜੀ ਲੈ ਕੇ, ਫਿਰ ਆਹੀ ਪੈ ਜੀਦਾ, ਹੋਰ ਆਰਡਰ ਉੱਪਰ ਖਾਣੀ ਪੈਂਦੀ ਹੈ ਜੀ। ਜੇ ਰਾਤ ਨੂੰ ਫਿਰ ਜੀਰੀ ਰਾਖੀ ਪੈਂਦੇ, ਕੋਈ ਚੋਰੀ ਵਗੈਰਾ ਵੀ ਹੋ ਜਾਂਦੀ ਹੈ ਜੀਰੀ? ਹਾਂਜੀ ਹਾਂਜੀ, ਆ ਜਾਂਦੀ ਹੈ ਜੀ ਰਾਤ ਨੂੰ, ਗਾਇਆ ਡੰਗਰ ਪੈਂਦੇ ਆ ਜੀ, ਫਿਰ ਤੜਕੇ 'ਤੇ ਉਹ ਆ ਜਾਂਦੀਆਂ ਪੰਦਰੇ ਦਾ ਉਹ ਚੱਕਣ ਜਾਂਦੀਆਂ। ਕਿੰਨੇ ਸਾਲ ਹੋ ਗਏ ਤੁਹਾਨੂੰ ਖੇਤੀਬਾੜੀ ਦਾ ਕਾਰੋਬਾਰ ਕਰਦੇ ਆ? ਮੇਰੀ ਸਾਰੀ ਉਮਰ ਹੋ ਗਈ ਜੀ। ਕਦੀ ਐਸੀ ਸਥਿਤੀ ਆਈ ਜੈਸੀ ਇਸ ਵਾਰੀ ਆਈ ਆ? ਐਤਕੀ ਬਹੁਤ ਚੰਗੀ ਆਈ ਆ ਜੀ ਐਤਕੀ। ਜੀਰੀ ਦੀ ਪੇਮੈਂਟ ਵਗੈਰਾ? ਪੇਮੈਂਟ ਤਾਂ ਤਕਰੀਬਨ ਪਹਿਲਾਂ ਵੀ ਆਈ ਜਾਂਦੀ ਸੀ, ਹੁਣ ਵੀ ਪੇਮੈਂਟ ਤਾਂ ਜੀ ਜੀਰੀ ਲੈ ਕੇ ਆ ਰਹੇ ਹੋ? ਜਗ੍ਹਾ ਤਾਂ ਸਿੱਟਣੇ ਨੂੰ ਹੈ ਨਹੀਂ, ਅਤੇ ਜੀਰੀ ਇਹ ਬੋਰੀਆਂ ਦੇ ਅੰਬਾਰ ਲੱਗੇ ਪਏ ਹੈ। ਹਾਂਜੀ, ਇਹ ਵੀ ਢਾਂਗਾ ਲੱਗੇ ਪਿਆ ਜੀ, ਜਗ੍ਹਾ ਢੇਰੀ ਕਰਨ ਨੂੰ ਹੈ ਨਹੀਂ ਜੀ ਕਿਤੇ ਵੀ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ? ਮੈਂ ਅਪੀਲ ਕਰਦਾ ਵੀ ਜ਼ਿਮੀਂਦਾਰਾਂ ਨੂੰ ਇੰਨਾ ਹੈਰਾਨ ਨਾ ਕਰੋ ਵੀ ਫਸਲ ਟਾਈਮ ਨਾਲ ਚੱਕੀ ਜਾਵੇ, ਅੱਗੇ ਤਿਉਹਾਰਾਂ ਦੇ ਦਿਨ ਆ ਜੀ, ਅਤੇ ਦਿਵਾਲੀ ਨੇੜੇ ਆ ਗਈ ਜੀ, ਮੈਨੂੰ ਲੱਗਦਾ ਦਿਵਾਲੀ ਇੱਥੇ ਮਨਾਉਣੀ ਪੈਣੀ ਆ ਜੀ। ਗੁਰਮੀਤ ਸਿੰਘ ਆ ਜੀ। ਕਿਹੜਾ ਪਿੰਡ ਆ? ਜੱਟੋ ਮਾਜਰਾ। ਕਿੰਨੇ ਦਿਨ ਹੋ ਗਏ ਜੀਰੀ ਲੈ ਕੇ ਬੈਠੇ ਨੇ ਉੱਥੇ ਸਰ? 8 ਦਿਨ ਹੋ ਗਏ ਜੀ। ਬੜੇ ਪਰੇਸ਼ਾਨ ਆ ਜੀ, ਜਿਹੜੀ ਆ ਇਹ ਸਰਕਾਰ ਆ ਇਹਦੇ ਤਾਂ ਮਤਲਬ ਜ਼ਿਮੀਂਦਾਰਾਂ ਨੂੰ ਹੈਰਾਨਗੀ ਕਰਦੀ ਆ। ਜਿਹੜੀਆਂ ਪਹਿਲੀਆਂ ਸਰਕਾਰਾਂ ਦੀਆਂ ਉਹ ਮਤਲਬ ਟੱਗੀਆਂ ਦੀਆਂ ਜੀਰੀ ਨਾਲ ਦੀ ਨਾਲ ਵਿਕੀ ਜਾਂਦੀ ਸੀ ਜੀ ਫਸਲ, ਹਰੇਕ ਫਸਲ। ਸਰ ਬਾਕੀ ਹੁਣ ਦਵਾਈ ਦਾ ਤਿਉਹਾਰ ਆ ਗਿਆ ਜੀ, ਮੈਨੂੰ ਲੱਗਦਾ ਤਿਉਹਾਰ ਹੈ, ਦਵਾਈ ਦਾ ਇੱਥੇ ਬਣਾਉਣਾ ਪੈਣਾ। ਅਤੇ ਮੈਂ ਗਰੰਟੀ ਕਰਦਾ ਵੀ ਸਾਡੀ ਜ਼ਿਮੀਂਦਾਰਾਂ ਦੀ ਫਸਲ ਟਾਈਮ ਨਾਲ ਚੱਕੀ ਜਾਵੇ। ਕਿਹੜੀ ਬੀਜੀ ਸੀ ਜੀ ਦੀ ਸਰ? 126 ਆ ਗਈ, 126। ਹਾਂ, ਸਰਕਾਰ ਦੇ ਹੁਕਮ ਅਨੁਸਾਰ ਬੀਜੀ ਸੀ ਜੀ? ਹਾਂਜੀ ਹਾਂਜੀ, ਲੁਧਿਆਣਾ ਯੂਨੀਵਰਸਿਟੀ ਨੇ ਪਾਸ ਕਰਿਆ ਹੋਇਆ ਬੀਜ ਹੈ। ਅਤੇ ਫਿਰ ਸਰਕਾਰ 8 ਦਿਨ ਹੋ ਗਏ, ਫਿਰ ਰੋਟੀ ਪਾਣੀ ਦਾ ਖਰਚਾ, ਰੋਟੀ ਪਾਣੀ ਕਿੱਦਾਂ ਚੱਲ ਰਿਹਾ? ਘਰ ਤੋਂ ਆਉਂਦੇ ਆ ਜੀ ਲੈ ਕੇ, ਫਿਰ ਆਹੀ ਪੈ ਜੀਦਾ, ਹੋਰ ਆਰਡਰ ਉੱਪਰ ਖਾਣੀ ਪੈਂਦੀ ਹੈ ਜੀ। ਜੇ ਰਾਤ ਨੂੰ ਫਿਰ ਜੀਰੀ ਰਾਖੀ ਪੈਂਦੇ, ਕੋਈ ਚੋਰੀ ਵਗੈਰਾ ਵੀ ਹੋ ਜਾਂਦੀ ਜੀ? ਹਾਂਜੀ ਹਾਂਜੀ, ਆ ਜਾਂਦੀ ਹੈ ਜੀ ਰਾਤ ਨੂੰ, ਗਾਇਆ ਡੰਗਰ ਪੈਂਦੇ ਆ ਜੀ, ਫਿਰ ਤੜਕੇ 'ਤੇ ਉਹ ਆ ਜਾਂਦੀਆਂ ਪੰਦਰੇ ਦਾ ਉਹ ਚੱਕਣ ਜਾਂਦੀਆਂ। ਕਿੰਨੇ ਸਾਲ ਹੋ ਗਏ ਤੁਹਾਨੂੰ ਖੇਤੀਬਾੜੀ ਦਾ ਕਾਰੋਬਾਰ ਕਰਦੇ ਆ? ਮੇਰੀ ਸਾਰੀ ਉਮਰ ਹੋ ਗਈ ਜੀ। ਕਦੀ ਐਸੀ ਸਥਿਤੀ ਆਈ ਜੈਸੀ ਇਸ ਵਾਰੀ ਆਈ ਆ?
ਐਤਕੀ ਬਹੁਤ ਤੰਗੀ ਆਈ ਹੈ ਜੀ ਜੀ ਜੀਰੀ ਦੀ ਪੇਮੈਂਟ ਵਗੈਰਾ ਪੇਮੈਂਟ ਤਾਂ ਤਕਰੀਬਨ ਪਹਿਲਾਂ ਵੀ ਆਈ ਜਾਂਦੀ ਸੀ ਹੁਣ ਵੀ ਆਈ ਆ ਗਈ ਪੇਮੈਂਟ ਤਾਂ ਜੀਰੀ ਜੀਰੀ ਲੈ ਕੇ ਆ ਰਹੇ ਹੋ ਜਗ੍ਹਾ ਤਾਂ ਸਿੱਟਣੇ ਨੂੰ ਹੈ ਨਹੀਂ ਤੇ ਜੀਰੀ ਇਹ ਬੋਰੀਆਂ ਦੇ ਅੰਬਾਰ ਲੱਗੇ ਪਏ ਪਏ ਆ ਹਾਂਜੀ ਇਹ ਵੀ ਢਾਂਗਾ ਲੱਗੇ ਪਏ ਜੀ ਜਗ੍ਹਾ ਢੇਰੀ ਕਰਨ ਨੂੰ ਹੈ ਨਹੀਂ ਜੀ ਕਿਤੇ ਵੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਮੈਂ ਅਪੀਲ ਕਰਦਾ ਜੀ ਵੀ ਜ਼ਿਮੀਦਾਰਾਂ ਨੂੰ ਇੰਨਾ ਹੈਰਾਨ ਨਾ ਕਰੋ ਵੀ ਫਸਲ ਟਾਈਮ ਨਾਲ ਕੱਟੀ ਜਾਵੇ ਅੱਗੇ ਤਿਉਹਾਰਾਂ ਦੇ ਦਿਨ ਆ ਜੀ ਅਤੇ ਦਿਵਾਲੀ ਨੇੜੇ ਆ ਗਈ ਜੀ ਮੈਨੂੰ ਲੱਗਦਾ ਦਿਵਾਲੀ ਇੱਥੇ ਮਨਾਉਣੀ ਪੈਣੀ ਹੈ ਜੀ